ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਸੋ ਅੱਜ ਇੱਕ ਫੇਰ ਪੰਜਾਬ ਅਮਰੀਕਾ ਮਿਲਕ ਫੈਡ ਵੱਲੋਂ ਜਿਹੜੀ ਰਿਕਰੂਟਮੈਂਟ ਦਾ ਅਪਡੇਟ ਹੈ ਜੀ ਉਹ ਆਇਆ ਹੋਇਆ ਹੈ ਜਿਸ ਦੇ ਰਿਲੇਟਿਡ ਕੀ ਅਪਡੇਟ ਆਇਆ ਹੈ ਕਿ ਇਨਫੋਰਮੇਸ਼ਨ ਤੁਹਾਡੇ ਲਈ ਇੰਪੋਰਟੈਂਟ ਹੋਣ ਵਾਲੀ ਹੈ ਕਿਹੜੇ ਕਿਹੜੇ ਕੈਂਡੀਡੇਟ ਲਈ ਇੰਪੋਰਟੈਂਟ ਹੋਣ ਵਾਲੀ ਹੈ ਜੀ ਕੰਪਲੀਟ ਇਨਫੋਰਮੇਸ਼ਨ ਤੁਹਾਨੂੰ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਦਵਾਂਗਾ ਸੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਜੀ ਇਸ ਦੇ ਬਾਰੇ ਸਭ ਤੋਂ ਪਹਿਲਾਂ ਅਪਡੇਟ ਤੁਹਾਡੇ ਲਈ ਲੈ ਕੇ ਆਏ ਹਾਂ ਨਿਊ ਅਪਡੇਟ ਆਇਆ ਸਿਮਪਲੀ ਤੁਸੀਂ ਸਾਡੀ ਵੈਬਸਾਈਟ ਤੇ ਵੀ ਜਾ ਸਕਦੇ ਹੋ ਉਹਦੇ ਲਈ ਤੁਸੀਂ meetacademy.xyz google ਜਾ ਕੇ ਟਾਈਪ ਕਰੋਗੇ ਫਸਟ ਨੰਬਰ ਤੁਹਾਨੂੰ ਸਾਡੀ ਵੈਬਸਾਈਟ ਜਿਹੜੀ ਹੈ ਜੀ ਮਿਲ ਜਾਏਗੀ ਉੱਥੋਂ ਤੁਸੀਂ ਸਾਰੇ ਜੋਬ ਰਿਲੇਟਡ ਅਪਡੇਟਸ ਔਰ ਇਵਨ ਕਿ ਐਗਜ਼ਾਮ ਰਿਲੇਟਡ ਕੋਈ ਅਪਡੇਟ ਆਂਦਾ ਹੈ ਜਾਂ ਫਿਰ ਰਿਕਰੂਟਮੈਂਟ ਨੂੰ ਲੈ ਕੇ ਹੀ ਕੋਈ ਨਵਾਂ ਨੋਟਿਸ ਆਊਟ ਹੁੰਦਾ ਹੈ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਾ ਦਿੰਨੇ ਆਂ ਚਾਹੇ ਕੋਈ ਗਵਰਨਮੈਂਟ ਵੱਲੋਂ ਅਨਾਊਂਸਮੈਂਟ ਹੋਈ ਹੋਵੇ ਸੋ ਤੁਸੀਂ ਸਾਰੇ ਅਪਡੇਟਸ ਸਭ ਤੋਂ ਪਹਿਲਾਂ ਪਾਉਣ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੇ ਨਾਲ ਦੇ ਨਾਲ ਬੈਲ ਬੈਲ ਆਈਕਨ ਵੀ ਦਬਾ ਸਕਦੇ ਹੋ ਤਾਂ ਕਿ ਸਾਰੇ ਅਪ ਸੋ ਚਲੋ ਮੈਂ ਤੁਹਾਨੂੰ ਲੈ ਚੱਲਦੇ ਹਾਂ ਜੀ ਰਿਕਰੂਟਮੈਂਟ ਅਪਡੇਟ ਦੇ ਉੱਤੇ ਜੋ ਆਇਆ ਹੋਇਆ ਹੈ ਜੀ ਲੇਕਿਨ ਉਸ ਤੋਂ ਪਹਿਲਾਂ ਤੁਸੀਂ ਅਗਰ ਕਿਸੇ ਗਵਰਨਮੈਂਟ ਜੌਬ ਦੀ ਤਿਆਰੀ ਕਰ ਰਹੇ ਹੋ ਤਾਂ ਉਹਦੇ ਲਈ ਬੈਸਟ ਸਟੱਡੀ ਮਟੀਰੀਅਲ ਇਸ ਵੀਡੀਓ ਡਿਸਕ੍ਰਿਪਸ਼ਨ ਬਾਕਸ ਅਵੇਲੇਬਲ ਹੈ ਜੀ ਤੁਸੀਂ ਉੱਥੋਂ ਡਾਊਨਲੋਡ ਕਰਕੇ ਆਪਣੀ ਤਿਆਰੀ ਜਿਹੜੀ ਹੈ ਉਹ ਪੱਕੀ ਕਰ ਸਕਦੇ ਹੋ ਉਹ ਪੀਡੀਐਫ ਫਾਰਮੈਟ ਚ ਰਹੇਗਾ ਤੁਸੀਂ ਉਹਨੂੰ ਆਪਣੇ ਮੋਬਾਈਲ ਲੈਪਟਾਪ ਕੰਪਿਊਟਰ ਕਿਤੇ ਵੀ ਕੈਰੀ ਕਰਕੇ ਆਪਣੀ ਆਸਾਨੀ ਨਾਲ ਕਿਤੇ ਵੀ ਤਿਆਰੀ ਜਿਹੜੀ ਹੈ ਉਹ ਕਰ ਸਕਦੇ ਹੋ ਤੇ ਚਲੋ ਤੁਹਾਨੂੰ ਲੈ ਚੱਲਦਾ ਅਪਡੇਟ ਦੇ ਉੱਪਰ ਉੱਥੇ ਜਾ ਕੇ ਬਾਕੀ ਇਨਫੋਰਮੇਸ਼ਨ ਤੁਹਾਡੇ ਜਿੱਦਾਂ ਕਿ ਤੁਹਾਨੂੰ ਪਤਾ ਹੈ 2021 ਦੇ ਵਿੱਚ ਜੋ ਕਿ ਵੇਰਕਾ ਮਿਲਫੈਂਡ ਵੱਲੋਂ ਰਿਕਰੂਟਮੈਂਟ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਜੋ ਕਿ ਅਸਿਸਟੈਂਟ ਮੈਨੇਜਰ ਤੇ ਸੀਨੀਅਰ ਐਗਜ਼ੀਕਿਊਟਿਵ ਦੀਆਂ ਵੈਕੈਂਸੀਸ ਆਊਟ ਕੀਤੀਆਂ ਗਈਆਂ ਸੀ ਇਸ ਦੇ ਰਿਲੇਟਿਡ ਉਹਨਾਂ ਨੇ ਇੱਕ ਨੋਟੀਫਿਕੇਸ਼ਨ ਜਿਹੜਾ ਹੈ ਜੀ ਉਹ ਜਾਰੀ ਕੀਤਾ ਹੈ ਮੈਂ ਨੋਟੀਫਿਕੇਸ਼ਨ ਵੀ ਤੁਹਾਨੂੰ ਦਿਖਾ ਦਿੰਦਾ ਸਭ ਤੋਂ ਪਹਿਲਾਂ ਜੀ ਇਸ ਨੋਟੀਫਿਕੇਸ਼ਨ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਜਿਹੜਾ ਕਿ ਮਿਤੀ 27 11 2021 ਨੂੰ ਟ੍ਰਿਬਿਊਨ ਅਤੇ ਅਜੀਤ ਪੰਜਾਬੀ ਵਿੱਚ ਉਹਨਾਂ ਨੇ ਪ੍ਰਕਾਸ਼ਿਤ ਕੀਤਾ ਸੀ ਮਿਲਕ ਫਾਇਰ ਪੰਜਾਬ ਦੇ ਵੱਖ-ਵੱਖ ਏਰੀਆ ਦੇ ਲਈ ਅਸਿਸਟੈਂਟ ਮੈਨੇਜਰ ਅਤੇ ਸੀਨੀਅਰ ਐਗਜ਼ੀਕਿਊਟਿਵ ਦੀਆਂ ਪੋਸਟਾਂ ਦੇ ਲਈ ਉਹਨਾਂ ਨੇ ਜਿਹੜੀ ਸੂਚਨਾ ਦਿੱਤੀ ਸੀ ਇਸ ਦੇ ਸਬੰਧੀ ਉਹਨਾਂ ਨੇ ਜਿਹੜੀ ਹੈ ਜੀ ਰਿਟਨ ਟੈਸਟ ਜਿਹੜਾ ਹੈ 23 ਅਪ੍ਰੈਲ ਸ਼ਨੀਵਾਰ ਅਤੇ 24 ਅਪ੍ਰੈਲ 2022 ਨੂੰ ਐਤਵਾਰ ਨੂੰ ਜਿਹੜਾ ਹੈ ਜੀ ਰੱਖਿਆ ਗਿਆ ਇਸ ਦੇ ਰਿਲੇਟਿਡ ਜਿਹੜੇ ਵੀ ਕੈਂਡੀਡੇਟ ਨੇ ਇਹਨਾਂ ਪੋਸਟਾਂ ਦੇ ਲਈ ਅਪਲਾਈ ਕੀਤਾ ਸੀਗਾ ਸੋ ਉਹ ਕੈਂਡੀਡੇਟ ਆਪਣੇ ਜਿਹੜ ਨੇ ਅਪ ਡਾਊਨਗ੍ਰੇਡਡ ਅਪਡੇਟ ਨਹੀਂ ਕੀਤਾ ਤੁਸੀਂ ਜਿੱਦਾਂ ਹੀ ਵੈਬਸਾਈਟ ਤੇ ਜਾਓਗੇ werka.coop/career ਤੇ ਤੁਹਾਨੂੰ ਨੋਟੀਫਿਕੇਸ਼ਨ ਮਿਲ ਜਾਂਦਾ ਜਿਹੜਾ ਕਿ ਇਹਨਾਂ ਨੇ ਆਊਟ ਕੀਤਾ ਜਿਹੜਾ ਮੈਂ ਤੁਹਾਨੂੰ ਹੁਣੇ ਦਿਖਾਇਆ ਵੀ ਸੀਗਾ ਇੱਕ ਵਾਰੀ ਫੇਰ ਤੁਹਾਨੂੰ ਦਿਖਾ ਵੀ ਦਿੰਨਾ ਹੈ ਏ ਅਸੀਂ ਆ ਚੁੱਕੇ ਹਾਂ ਵੇਰਕਾ ਕੋਆਪਰੇਟਿਵ ਦੇ ਅਫੀਸ਼ੀਅਲ ਪੇਜ ਤੇ ਇੱਥੇ ਉਹਨਾਂ ਨੇ ਇਹ ਨੋਟੀਫਿਕੇਸ਼ਨ ਜਿਹੜਾ ਹੈ ਜੀ ਜਾਰੀ ਕੀਤਾ ਹੋਇਆ ਸੋ ਇਹ ਨੋਟੀਫਿਕੇਸ਼ਨ ਦੇ ਰਿਲੇਟਡ ਉਹਨਾਂ ਨੇ ਐਡਮਿਟ ਕਾਰਡਸ ਆਲੇ ਇੱਥੇ ਨਹੀਂ ਦਿੱਤੇ ਨੇ ਜਿੱਦਾਂ ਹੀ ਆਣਗੇ ਤੁਸੀਂ ਇਹਦੇ ਉੱਪਰ ਜਾ ਕੇ ਕਲਿੱਕ ਕਰਕੇ ਆਪਣੇ ਐਡਮਿਟ ਕਾਰਡ ਜਿਹੜੇ ਨੇ ਡਾਊਨਲੋਡ ਕਰ ਪਾਉਂਗੇ ਠੀਕ ਹੈ ਜੀ ਸੋ 24 ਅਪ੍ਰੈਲ ਨੂੰ ਇਹਦੇ ਰਿਲੇਟਡ ਜਿਹੜੇ ਹੈ ਜੀ ਉਹਨਾਂ ਨੇ ਰਿਟਨ ਟੈਸਟ ਕੰਡਕਟ ਕਰਵਾਇਆ ਹੋਇਆ ਸੋ ਤੁਸੀਂ ਜਿਨ੍ਹਾਂ ਜਿਨ੍ਹਾਂ ਨੇ ਅਪਲਾਈ ਕੀਤਾ ਸੀਗਾ ਲੌਗਇਨ ਕਰਕੇ ਕੋਈ ਆਪਣੇ ਐਡਮਿਟ ਕਾਰਡ ਜਿਹੜੇ ਨੇ ਉਹ ਡਾਊਨਲੋ ਇਨਫੋਰਮੇਸ਼ਨ ਨੂੰ ਕੇਸਕੇਡ ਕਰ ਦਿਓ ਤਾਂ ਕਿ ਉਹਨਾਂ ਤੱਕ ਇਨਫੋਰਮੇਸ਼ਨ ਪਹੁੰਚ ਸਕੇ ਔਰ ਉਹ ਵੀ ਇਹਦੀ ਅਪਲਾਈ ਜਿਹੜਾ ਹੈ ਉਹ ਕਰ ਸਕਣ ਜੀ ਸੋ ਇਹ ਅਪਡੇਟ ਸੀਗਾ ਜਿਹੜਾ ਕਿ ਵੇਰਕਾ ਕੋਆਪਰੇਟਿਵ ਵੱਲੋਂ ਸੋਸਾਇਟੀ ਵੱਲੋਂ ਆਊਟ ਕੀਤਾ ਗਿਆ ਸੀਗਾ ਸੋ ਤੁਹਾਡੇ ਲਈ ਬਹੁਤ ਜ਼ਰੂਰੀ ਸੀਗਾ ਜਾਨਣਾ ਮੈਂ ਤੁਹਾਡੀ ਸਭ ਤੋਂ ਪਹਿਲਾਂ ਲੈ ਕੇ ਆਇਆ ਸੋ ਮਿਲਾਂਗਾ ਜੀ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ